ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਯੂਟਿਊਬ ਚੈਨਲ ਪੰਜਾਬ ਅਪਡੇਟ ਟੀਵੀ 'ਤੇ। ਸੋ ਦੋਸਤੋ, ਪੰਜਾਬ ਪੁਲਿਸ ਕਾਂਸਟੇਬਲ ਅਤੇ ਜੇਲ੍ਹ ਵਾਰਡਰ ਦੀ ਭਰਤੀ ਲਈ ਆਪਾਂ ਅੱਜ ਇੱਕ ਮਹੱਤਵਪੂਰਨ ਵੀਡੀਓ ਲੈ ਕੇ ਆ ਗਏ ਹਾਂ। ਸੋ ਦੋਸਤੋ, ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੰਜਾਬੀ ਦੇ ਕੁਝ ਮਹੱਤਵਪੂਰਨ ਸਵਾਲ ਲੈ ਕੇ ਆਏ ਹਾਂ, ਜੋ ਕਿ ਪਿਛਲੇ ਸਾਲ ਜਿਹੜਾ ਕਿ ਸਬ ਇੰਸਪੈਕਟਰ ਦੀ ਭਰਤੀ ਦੇ ਵਿੱਚ ਵੀ ਕਾਫੀ ਪੁੱਛੇ ਜਾ ਚੁੱਕੇ ਸੀ, ਅਤੇ ਇਸ ਵਾਰ ਵੀ ਜਿਹੜਾ ਕਿ ਕਾਫੀ ਸ਼ਿਫਟਾਂ ਦੇ ਵਿੱਚ ਜਿਹੜਾ ਕਿ ਪ੍ਰਸ਼ਨ ਵਾਰ-ਵਾਰ ਪੁੱਛੇ ਜਾ ਰਹੇ ਆ। ਸੋ ਇਹ ਅੱਜ ਦੀ ਵੀਡੀਓ ਕਾਫੀ ਮਹੱਤਵਪੂਰਨ ਹੋਣ ਵਾਲੀ ਆ, ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ, ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਦਿੱਤੇ ਬੈਲ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਲਿਓ, ਤੁਹਾਨੂੰ ਸਾਡੀ ਆਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਅਤੇ ਚਲੋ ਦੋਸਤੋ, ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅਤੇ ਅੱਜ ਦਾ ਪਹਿਲਾ ਸਵਾਲ ਹੈਗਾ ਜੀ, ਅਖਾਣ ਪੂਰਾ ਕਰਨਾ ਹੈ। ਇੱਥੇ ਲਿਖਿਆ ਹੈ ਕਿ ਹੈਂਗ ਲੱਗੇ ਨਾ ਫਟਕੜੀ, ਇਸ ਅਖਾਣ ਨੂੰ ਤੁਸੀਂ ਪੂਰਾ ਕਰਨਾ ਹੈ। ਇਸ ਦਾ ਸਹੀ ਆਂਸਰ ਕੀ ਹੋ ਸਕਦਾ ਹੈ? ਆਪਸ਼ਨ ਏ ਰੰਗ ਗੂੜਾ ਆਵੇ, ਜਾਂ ਫਿਰ ਬੀ ਰੰਗ ਕਿੱਥੋਂ ਆਵੇ, ਜਾਂ ਫਿਰ ਸੀ ਰੰਗ ਫਿੱਕਾ ਆਵੇ, ਜਾਂ ਫਿਰ ਡੀ ਆਪਸ਼ਨ ਆ ਇਹ ਕਿਹੋ ਜਿਹੀ ਤੱਕੜੀ। ਹਾਂਜੀ, ਇਹ ਅਖਾਣ ਕਿਸ ਜਿਹੜਾ ਕਿ ਵਾਕ ਨਾਲ ਪੂਰਾ ਹੋ ਸਕਦਾ ਹੈ? ਗੈਸ ਕਰੋ ਕਿ ਇਸਦਾ ਰਾਈਟ ਆਂਸਰ ਕੀ ਹੋ ਸਕਦਾ ਹੈ। ਤਾਂ ਇਸਦਾ ਸਹੀ ਆਂਸਰ ਆ ਜੀ ਆਪਸ਼ਨ ਏ ਆ, ਹੈਂਗ ਲੱਗੇ ਨਾ ਫਟਕੜੀ ਰੰਗ ਗੂੜਾ ਆਵੇ। ਸੋ ਦੋਸਤੋ, ਇਹ ਜਿਹੜਾ ਹੈ ਕਿ ਕਈਆਂ ਸਵਾਲਾਂ ਦੇ ਵਿੱਚ ਇੱਥੇ ਆ ਜਾਂਦਾ ਵਾ ਰੰਗ ਚੋਖਾ ਆਵੇ, ਹੈਂਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ, ਅਤੇ ਜੇ ਚੋਖਾ ਨਾ ਆਵੇ ਤਾਂ ਫਿਰ ਗੂੜਾ ਆਵੇਗਾ, ਰੰਗ ਗੂੜਾ ਆਵੇ। ਇਸਦਾ ਆਪਸ਼ਨ ਏ ਰਾਈਟ ਬਿਲਕੁਲ ਸਹੀ ਆਂਸਰ ਹੈ ਜੀ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਦੂਜਾ ਸਵਾਲ ਹੈਗਾ ਜੀ, ਨਰਾਤੇ ਕਿਸ ਦੇਸੀ ਮਹੀਨੇ ਵਿੱਚ ਆਉਂਦੇ ਹਨ? ਹਾਂਜੀ, ਗੈਸ ਕਰੋ ਕਿ ਇਸਦਾ ਸਹੀ ਆਂਸਰ ਕੀ ਹੋ ਸਕਦਾ ਹੈ। ਇਸਦਾ ਸਹੀ ਆਂਸਰ ਹੈਗਾ ਜੀ ਆਪਸ਼ਨ ਏ ਅਤੇ ਬੀ ਦੋਨੋਂ। ਦੋਸਤੋ, ਜਿਹੜਾ ਕਿ ਨਰਾਤੇ ਆ ਉਹ ਅੱਸੂ ਦੇ ਮਹੀਨੇ ਵਿੱਚ ਵੀ ਆਉਂਦੇ ਆ ਅਤੇ ਚੇਤ ਦੇ ਮਹੀਨੇ ਵਿੱਚ ਵੀ ਆਉਂਦੇ ਆ, ਇਸ ਲਈ ਇਹਦਾ ਸਹੀ ਆਂਸਰ ਆ ਜੀ ਆਪਸ਼ਨ ਸੀ ਉਪਰੋਕਤ ਦੋਨੋਂ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਕਿਰਪਾ ਕਰਕੇ ਲਾਈਨ ਵਿੱਚ ਲੱਗੋ, ਇਹ ਵਾਕ ਕਿਹੜਾ ਵਾ? ਪ੍ਰਸ਼ਨ ਵਾਚਕਾ, ਮਿਸ਼ਰਿਤ ਵਾਚਕਾ, ਜਾਂ ਫਿਰ ਸੰਯੁਕਤ ਵਾਚਕਾ, ਜਾਂ ਫਿਰ ਬਿਨੈ ਵਾਚਕਾ। ਹਾਂਜੀ, ਗੈਸ ਕਰੋ ਕਿ ਇਸਦਾ ਸਹੀ ਆਂਸਰ ਕੀ ਹੋ ਸਕਦਾ ਹੈ। ਦੋਸਤੋ, ਇਹ ਜਿਹੜਾ ਵਾਕ ਨਾ ਤਾਂ ਹੈਗਾ ਜੀ ਪ੍ਰਸ਼ਨ ਵਾਚਕ, ਨਾ ਹੀ ਇਹ ਮਿਸ਼ਰਿਤ ਵਾਚਕਾ, ਅਤੇ ਨਾ ਹੀ ਇਹ ਸੰਯੁਕਤ ਵਾਚਕਾ, ਇਹ ਆ ਬਿਨੈ ਵਾਚਕ। ਕਿਉਂਕਿ ਇਹਦੇ ਵਿੱਚ ਬੇਨਤੀ ਕੀਤੀ ਗਈ ਹੈ, ਕਿਰਪਾ ਕਰਕੇ ਲਾਈਨ ਵਿੱਚ ਲੱਗੋ, ਬੇਨਤੀ ਕੀਤੀ ਗਈ ਹੈ, ਇਸ ਲਈ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਡੀ ਬਿਨੈ ਵਾਚਕ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਅਗਲਾ ਸਵਾਲ ਹੈਗਾ ਜੀ, 83 ਨੂੰ ਪੰਜਾਬੀ ਵਿੱਚ ਕਿਸ ਤਰ੍ਹਾਂ ਲਿਖਿਆ ਜਾ ਸਕਦਾ ਹੈ? ਆਪਸ਼ਨ ਏ ਤਾਂ ਹੈਗਾ ਜੀ 83, ਇਹ ਵੀ ਨਹੀਂ ਹੋ ਸਕਦਾ। ਆਪਸ਼ਨ ਬੀ 83, ਇਹ ਵੀ ਨਹੀਂ ਹੋ ਸਕਦਾ। ਆਪਸ਼ਨ ਸੀ 83, ਇਹ ਸਹੀ ਆਂਸਰ ਆ ਜੀ। ਆਪਸ਼ਨ ਡੀ ਜਿਹੜਾ 83, ਇਹ ਵੀ ਨਹੀਂ ਆ। ਸੋ ਆਪਸ਼ਨ ਜਿਹੜਾ ਸੀ ਇਸਦਾ ਰਾਈਟ ਆਂਸਰ ਵਾ ਜੀ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਹੇਠ ਲਿਖਿਆਂ ਵਿੱਚੋਂ ਅਗੇਤਰ ਯੁਕਤ ਸ਼ਬਦ ਕਿਹੜਾ ਹੈ? ਹੇਠ ਲਿਖਿਆਂ ਵਿੱਚ ਅਗੇਤਰ ਯੁਕਤ ਸ਼ਬਦ ਕਿਹੜਾ ਹੈ? ਕਾਰ, ਤੰਦਰੁਸਤ, ਪ੍ਰਦੇਸ਼, ਜਾਂ ਫਿਰ ਬਰਾਬਰ। ਹਾਂਜੀ, ਗੈਸ ਕਰੋ ਕਿ ਇਸਦਾ ਸਹੀ ਆਂਸਰ ਕੀ ਹੈ। ਤਾਂ ਇਸਦਾ ਸਹੀ ਆਂਸਰ ਹੈਗਾ ਜੀ ਆਪਸ਼ਨ ਸੀ ਪਰ ਦੇਸ਼, ਕਿਉਂਕਿ ਇਹ ਪਰ ਵੀ ਇੱਕ ਸ਼ਬਦ ਬਣ ਜਾਂਦਾ ਵਾ, ਅਤੇ ਦੇਸ਼ ਵੀ ਜੇ ਆਪਾਂ ਇਹਨਾਂ ਨੂੰ ਅਲੱਗ ਅਲੱਗ ਲਿਖੀਏ ਤਾਂ ਵੱਖਰੇ ਵੱਖਰੇ ਸ਼ਬਦ ਬਣ ਜਾਂਦੇ ਆ। ਤਾਂ ਇਹਨਾਂ ਦਾ ਅਗੇਤਰ ਯੁਕਤ, ਇਹ ਦੋਵੇਂ ਅਗੇਤਰ ਯੁਕਤ ਸ਼ਬਦ ਵਾ। ਅਤੇ ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਇਸਦਾ ਰਾਈਟ ਆਂਸਰ ਸੀ ਆ ਜੀ। ਅਗਲਾ ਸਵਾਲ ਹੈਗਾ ਜੀ, ਗੁਰਪੁਰਬ ਦਾ ਸੰਬੰਧ ਕਿਸ ਨਾਲ ਹੈ? ਭਾਈ ਗੁਰਦਾਸ ਜੀ ਨਾਲ, ਗੁਰੂ ਨਾਨਕ ਦੇਵ ਜੀ ਨਾਲ, ਭਾਈ ਵੀਰ ਸਿੰਘ ਨਾਲ, ਭਾਈ ਕਾਨ ਸਿੰਘ ਨਾਲ। ਹਾਂਜੀ, ਗੈਸ ਕਰੋ ਕਿ ਇਸਦਾ ਸਹੀ ਆਂਸਰ ਕੀ ਹੋ ਸਕਦਾ ਹੈ। ਇਸਦਾ ਸਹੀ ਆਂਸਰ ਆ ਜੀ ਆਪਸ਼ਨ ਬੀ, ਗੁਰੂ ਨਾਨਕ ਦੇਵ ਜੀ ਨਾਲ। ਗੁਰਪੁਰਬ ਦਾ ਸੰਬੰਧ ਕਿਸ ਨਾਲ ਵਾ? ਗੁਰੂ ਨਾਨਕ ਦੇਵ ਜੀ ਨਾਲ। ਅਤੇ ਗੁਰਪੁਰਬ ਦਾ ਜਿਹੜਾ ਗੁਰਪੁਰਬ ਦਿਵਸ ਹੈ ਇਹ ਕਦੋਂ ਮਨਾਇਆ ਜਾਂਦਾ ਵਾ? ਇਹ ਕੱਤਕ ਮਹੀਨੇ ਦੀ ਜਿਹੜਾ ਕਿ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਵਾ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਅਗਲਾ ਸਵਾਲ ਹੈਗਾ ਜੀ, ਜਿਹੜਾ ਜੋ ਸੋ,
ਇਹ ਜਿਹੜੇ ਸ਼ਬਦ ਵਾ ਇਹ ਕਿਸ ਪ੍ਰਕਾਰ ਦੇ ਪੜਨਾਵ ਨੇ, ਨਿੱਜਵਾਚਕ, ਪ੍ਰਸ਼ਨਵਾਚਕ, ਸੰਬੰਧਵਾਚਕ ਜਾਂ ਫਿਰ ਕੋਈ ਨਹੀਂ? ਹਾਂਜੀ, ਗੈਸ ਕਰੋਗੇ ਇਹਦਾ ਸਹੀ ਆਂਸਰ ਕੀ ਹੋ ਸਕਦਾ ਹੈ? ਤਾਂ ਇਸਦਾ ਸਹੀ ਆਂਸਰ ਹੈਗਾ ਜੀ ਆਪਸ਼ਨ ਸੀ, ਸੰਬੰਧਵਾਚਕ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਹੇਠ ਲਿਖਿਆਂ ਵਿੱਚੋਂ ਪੂਰਨ ਵਿਸਰਾਮ ਚਿੰਨ੍ਹ ਦੀ ਚੋਣ ਕਰੋ। ਹਾਂਜੀ, ਗੈਸ ਕਰੋ ਕਿ ਇਸਦਾ ਸਹੀ ਆਂਸਰ ਕੀ ਹੋ ਸਕਦਾ ਹੈ ਜੀ। ਹੇਠ ਲਿਖਿਆਂ ਵਿੱਚੋਂ ਪੂਰਨ ਵਿਸਰਾਮ ਚਿੰਨ੍ਹ ਦੀ ਚੋਣ ਕਰੋ। ਹਾਂਜੀ, ਇਸਦਾ ਸਹੀ ਆਂਸਰ ਹੈਗਾ ਜੀ ਆਪਸ਼ਨ ਬੀ, ਡੰਡੀ। ਜਿਹੜਾ ਕਿ ਇਹ ਵੀ ਨਹੀਂ ਹੋ ਸਕਦਾ ਪੂਰਨ ਵਿਸ਼ਰਾਮ ਚਿੰਨ੍ਹ, ਸੀ ਜਿਹੜਾ ਕੁਸ਼ਚਨ ਮਾਰਕ ਇਹ ਵੀ ਨਹੀਂ ਹੋ ਸਕਦਾ, ਅਤੇ ਡੀ ਜਿਹੜਾ ਇਹ ਵੀ ਨਹੀਂ ਹੋ ਸਕਦਾ। ਪੂਰਨ ਵਿਸ਼ਰਾਮ ਚਿੰਨ੍ਹ ਉਹ ਹੁੰਦਾ ਵਾ ਜਿੱਥੇ ਆਪਣੀ ਗੱਲ ਆ ਕੇ ਖਤਮ ਹੋ ਜਾਏ, ਜਿਵੇਂ ਕਿ ਆਪਣਾ ਸਵਾਲ ਵਾ ਇਹ ਇੱਥੇ ਆ ਕੇ ਆਪਣਾ ਖਤਮ ਹੋ ਗਿਆ ਅਤੇ ਇਹਦੇ ਅੱਗੇ ਲੱਗੀ ਡੰਡੀ ਲੱਗ ਗਈ ਹੈ ਨਾ, ਤੁਸੀਂ ਦੇਖ ਸਕਦੇ ਜੀ। ਅਤੇ ਇਸੇ ਨੂੰ ਕਹਿੰਦੇ ਆ ਪੂਰਨ ਵਿਸ਼ਰਾਮ ਚਿੰਨ੍ਹ, ਜਿੱਥੇ ਆ ਕੇ ਗੱਲ ਖਤਮ ਹੋ ਜਾਵੇ, ਤਾਂ ਇਸਦਾ ਸਹੀ ਆਂਸਰ ਆ ਜੀ ਆਪਸ਼ਨ ਬੀ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਵੈਰ ਨਾਲ ਕਿਹੜਾ ਅਗੇਤਰ ਲਗਾਇਆ ਜਾ ਸਕਦਾ ਹੈ? ਹਾਂਜੀ ਦੋਸਤੋ, ਗੈਸ ਕਰੋ ਕਿ ਇਸਦਾ ਸਹੀ ਆਂਸਰ ਕੀ ਹੋ ਸਕਦਾ ਹੈ। ਹੁਣ ਜੇਕਰ ਆਪਾਂ ਦੋਸਤੋ ਵੈਰ ਨਾਲ, ਉਹਨਾਂ ਕਿਹਾ ਕਿ ਵੈਰ ਨਾਲ ਕਿਹੜਾ ਅਗੇਤਰ ਲਗਾਇਆ ਜਾ ਸਕਦਾ ਹੈ, ਜੇਕਰ ਆਪਾਂ ਆਪਸ਼ਨ ਏ ਵਾਲਾ ਅਗੇਤਰ ਲਗਾਉਂਦੇ ਹਾਂ ਤਾਂ ਫਿਰ ਕੀ ਬਣ ਜੂਗਾ? ਫਿਰ ਵੈਰ। ਜੇਕਰ ਆਪਾਂ ਬੀ ਵਾਲਾ ਲਾਉਂਦੇ ਹਾਂ ਪਰ ਵੈਰ, ਇਹ ਵੀ ਨਹੀਂ ਬਣਦਾ। ਜੇਕਰ ਆਪਾਂ ਨਿਰ ਲਾਉਂਦੇ ਹਾਂ ਨਿਰਵੈਰ, ਦੋਸਤੋ ਇਹ ਬਣਦਾ ਵਾ, ਜਾਂ ਬਦਵੈਰ, ਇਹ ਵੀ ਨਹੀਂ ਬਣਦਾ। ਸੋ ਇਸਦਾ ਰਾਈਟ ਆਂਸਰ ਹੈਗਾ ਜੀ ਆਪਸ਼ਨ ਸੀ, ਨਿਰਵੈਰ ਬਣਦਾ ਜੀ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਸੋ ਦੋਸਤੋ, ਜਿਨ੍ਹਾਂ ਨੇ ਆਫਲਾਈਨ ਸਟੱਡੀ ਕਰਨੀ ਹੋਵੇ ਤਾਂ ਸਾਡੇ ਕੋਲੋਂ PDF ਲੈ ਕੇ ਆਫਲਾਈਨ ਸਟੱਡੀ ਵੀ ਕਰ ਸਕਦੇ ਆ। ਤਾਂ ਦੋਸਤੋ ਸਾਡੇ ਕੋਲ ਪਿਛਲੇ ਸਾਲ ਜੋ ਕਿ ਪ੍ਰੀਵੀਅਸ ਈਅਰ ਦੇ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਹੋਈ ਸੀ, ਉਹਨਾਂ ਦੇ 54 ਸ਼ਿਫਟਾਂ ਦੇ ਜਿਹੜਾ ਕਿ ਕੁਸ਼ਚਨ ਪੇਪਰ ਯਾਨੀ ਕਿ ਹੈਗੇ ਆ ਸਾਡੇ ਕੋਲ, ਸਾਰੇ ਹੀ ਫੁੱਲੀ ਸੋਲਵਡ ਕੁਸ਼ਚਨ ਆ PDF ਨੇ ਸਾਰੇ ਸਵਾਲਾਂ ਦੇ ਨਾਲ ਹੀ ਆਂਸਰ ਦਿੱਤੇ ਹੋਏ ਨੇ। ਅਤੇ ਜਿਨ੍ਹਾਂ ਨੇ ਵੀ ਜਿਹੜਾ ਕਿ PDF ਲੈਣੇ ਹੋਏ PDF ਤੋਂ ਤਿਆਰੀ ਵੀ ਕਰ ਸਕਦੇ ਆ। ਜੇਕਰ ਕਿਸੇ ਨੇ PDF ਲੈਣੇ ਆ ਤਾਂ 100 ਰੁਪਏ ਦੇ 5 PDF ਤੁਹਾਨੂੰ ਮਿਲ ਜਾਣਗੇ। ਅਤੇ ਜਿਨ੍ਹਾਂ ਨੇ PDF ਲੈਣੇ ਆ, ਸਕਰੀਨ ਦੇ ਉੱਪਰ ਮੈਂ ਤੁਹਾਨੂੰ PDF ਦਿਖਾ ਦਿੰਦਾ ਵਾਂ, ਇਹ ਸਾਰੇ ਜਿਹੜਾ ਕਿ PDF ਤੁਹਾਨੂੰ ਜਿਹੜਾ ਕਿ ਮਿਲ ਜਾਣਗੇ, ਸਾਡੇ ਕੋਲ ਅਵੇਲੇਬਲ ਹੈਗੇ ਆ। 100 ਰੁਪਏ ਦੇ 5 ਮਿਲਣਗੇ। ਜਿਨ੍ਹਾਂ ਨੇ ਲੈਣੇ ਹੋਏ ਸਿਰਫ ਉਹੀ ਮੈਸੇਜ ਕਰਿਓ, ਅਤੇ ਬਾਕੀ ਜਿਨ੍ਹਾਂ ਨੇ ਫ੍ਰੀ ਵਾਲੇ ਵੀਰ ਉਹ ਸਾਡੇ ਚੈਨਲ 'ਤੇ ਵੀਡੀਓ ਵੇਖ ਕੇ ਆਪਣੀ ਤਿਆਰੀ ਕਰ ਸਕਦੇ ਆ। ਚਲੋ ਦੋਸਤੋ ਚੱਲਦੇ ਹਾਂ ਜੀ ਨੈਕਸਟ ਕੁਸ਼ਚਨ ਵੱਲ। ਫੱਗਣ ਤੋਂ ਬਾਅਦ ਕਿਹੜਾ ਮਹੀਨਾ ਆਉਂਦਾ ਹੈ? ਦੋਸਤੋ ਤੁਸੀਂ ਆਹ ਜਿਹੜੇ ਦੇਸੀ ਮਹੀਨੇ ਆ ਜ਼ਰੂਰ ਯਾਦ ਕਰ ਲਿਆ, ਕਿਉਂਕਿ ਕਾਫੀ ਸ਼ਿਫਟਾਂ ਦੇ ਵਿੱਚ ਇਹ ਕੁਸ਼ਚਨ ਵਾਰ ਵਾਰ ਪੁੱਛੇ ਗਏ ਆ ਦੇਸੀ ਮਹੀਨਿਆਂ ਦੇ ਨਾਲ ਰਿਲੇਟਡ। ਅਤੇ ਇੱਥੇ ਪੁੱਛਿਆ ਗਿਆ ਕਿ ਫੱਗਣ ਤੋਂ ਬਾਅਦ ਕਿਹੜਾ ਮਹੀਨਾ ਆਉਂਦਾ ਹੈ? ਸੋ ਦੋਸਤੋ ਫੱਗਣ ਜਿਹੜਾ ਵਾ ਉਹ ਸਾਲ ਦਾ ਅਖੀਰਲਾ ਮਹੀਨਾ ਆਉਂਦਾ ਵਾ ਦੇਸੀ ਮਹੀਨਿਆਂ ਦੇ ਵਿੱਚ। ਅਤੇ ਫਿਰ ਜਿਹੜਾ ਕਿ ਪਹਿਲੇ ਮਹੀਨੇ ਤੋਂ ਸ਼ੁਰੂਆਤ ਹੁੰਦੀ ਹੈ, ਤਾਂ ਫੱਗਣ ਤੋਂ ਬਾਅਦ ਜਿਹੜਾ ਕਿ ਆਪਸ਼ਨ ਸੀ ਇਸਦਾ ਰਾਈਟ ਆਂਸਰ ਹੋਵੇਗਾ, ਚੇਤ ਮਹੀਨਾ ਆਉਂਦਾ ਫੱਗਣ ਤੋਂ ਬਾਅਦ। ਅਤੇ ਦੋਸਤੋ ਵੀਡੀਓ ਦੇ ਨਾਲ ਚੱਲਦੇ ਚੱਲਦੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਹੀ ਆਂਸਰ ਇਸਦਾ ਕੀ ਆ ਇਹ ਆਂਸਰ ਦੇਣ ਦੀ ਕੋਸ਼ਿਸ਼ ਕਰਨੀ ਆ। ਅਤੇ ਬਾਕੀ ਤੁਸੀਂ ਵੀਡੀਓ ਦੇ ਲਾਸਟ 'ਤੇ ਜ਼ਰੂਰ ਦੱਸਣਾ ਕਿ ਤੁਹਾਡੇ ਪੰਜਾਬਾਂ ਦੇ ਵਿੱਚੋਂ ਕਿੰਨੇ ਸਵਾਲ ਸਹੀ ਹੋਏ ਨੇ। ਫਕੀਰਨੀ ਸ਼ਬਦ ਦਾ ਪੁਲਿੰਗ ਕੀ ਹੈ? ਫਕੀਰਨੀ ਸ਼ਬਦ ਦਾ ਆਪਾਂ ਜਿਹੜਾ ਕਿ ਮੇਲ ਸ਼ਬਦ ਵੇਖਣਾ ਵਾ, ਫਕੀਰਨੀ ਦਾ ਪੁਰਸ਼ ਸ਼ਬਦ ਕੀ ਬਣੇਗਾ? ਇੱਥੇ ਲਿਖਿਆ ਆਪਸ਼ਨ ਏ 'ਚ ਫਿਕਰ, ਇਹ ਵੀ ਨਹੀਂ ਹੋ ਸਕਦਾ। ਬੀ 'ਚ ਫਕੀਰਨ, ਇਹ ਵੀ ਨਹੀਂ ਹੋ ਸਕਦਾ। ਸੀ ਦੇ ਵਿੱਚ ਫਕੀਰੀ, ਇਹ ਵੀ ਨਹੀਂ ਹੋ ਸਕਦਾ। ਤਾਂ ਆਪਸ਼ਨ ਡੀ 'ਤੇ ਫਕੀਰ ਲਿਖਿਆ ਹੈ, ਤਾਂ ਦੋਸਤੋ ਇਸਦਾ ਇਹੀ ਸਹੀ ਆਂਸਰ ਹੋਵੇਗਾ। ਫਕੀਰਨੀ ਦਾ ਪੁਲਿੰਗ ਸ਼ਬਦ ਕੀ ਬਣੇਗਾ? ਫਕੀਰ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਉਹ ਕੰਮ 'ਤੇ ਜਾਂਦਾ ਹੈ, ਰੋਟੀ ਵੀ ਲੈ ਕੇ ਜਾਂਦਾ ਹੈ ਪਰ ਖਾਂਦਾ ਨਹੀਂ, ਇਹ ਵਾਕ ਕਿਹੜਾ ਵਾਕ ਆ? ਹਾਂ ਵਾਚਕ ਵਾਕ, ਜਾਂ ਮਿਸ਼ਰਤ ਵਾਕ, ਵਿਸਮਿਕ ਵਾਕ, ਜਾਂ ਫਿਰ ਸੰਯੁਕਤ ਵਾਕ? ਹਾਂਜੀ, ਗੈਸ ਕਰੋ ਕਿ ਇਸਦਾ ਸਹੀ ਆਂਸਰ ਕੀ ਹੋ ਸਕਦਾ ਹੈ। ਤਾਂ ਇਸਦਾ ਸਹੀ ਆਂਸਰ ਹੈਗਾ ਜੀ ਆਪਸ਼ਨ ਬੀ, ਮਿਸ਼ਰਤ ਵਾਕ। ਇਹ ਦੋਸਤੋ ਮਿਸ਼ਰਤ ਵਾਕ ਵਾ, ਕਿਉਂਕਿ ਇਹ ਜਿਹੜਾ ਅਲੱਗ ਅਲੱਗ ਵੀ ਵਾਕ ਬਣ ਜਾਂਦੇ ਆ।
ਜਿਵੇਂ ਕੋਈ ਇੱਕ ਸੈਂਟੈਂਸ ਦੋ ਤਿੰਨ ਵਾਕਾਂ ਤੋਂ ਬਣਿਆ ਹੋਵੇ ਤਾਂ ਉਸਨੂੰ ਮਿਸ਼ਰਤ ਵਾਕ ਕਿਹਾ ਜਾਂਦਾ ਵਾ। ਇੱਥੇ ਇਹ ਵੀ ਬਣ ਜਾਂਦਾ ਵਾ, ਉਹ ਕੰਮ 'ਤੇ ਜਾਂਦਾ ਹੈ, ਇਹ ਅਲੱਗ ਬਣ ਜਾਂਦਾ ਵਾ, ਰੋਟੀ ਵੀ ਲੈ ਕੇ ਜਾਂਦਾ ਹੈ, ਇਹ ਅਲੱਗ ਬਣ ਜਾਂਦਾ ਵਾ। ਸੋ ਇਹ ਮਿਸ਼ਰਤ ਵਾਕ ਹੋ ਗਿਆ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਅੱਧ ਮਾਰਚ ਤੋਂ ਅਪ੍ਰੈਲ ਤੱਕ ਕਿਹੜਾ ਦੇਸੀ ਮਹੀਨਾ ਹੁੰਦਾ ਹੈ? ਹਾਂਜੀ, ਗੈਸ ਕਰੋ ਕਿ ਇਸਦਾ ਸਹੀ ਆਂਸਰ ਕੀ ਹੋ ਸਕਦਾ ਹੈ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਪ੍ਰੈਲ ਦੇ ਵਿੱਚ ਜਿਹੜਾ ਕਿ ਵਿਸਾਖੀ ਹੁੰਦੀ ਆ, 14 ਅਪ੍ਰੈਲ ਨੂੰ ਵਿਸਾਖੀ ਹੁੰਦੀ ਆ, ਤਾਂ ਤੁਸੀਂ ਇਹ ਵੇਖਣਾ ਹੈ ਕਿ ਵਿਸਾਖ ਤੋਂ ਪਹਿਲਾ ਮਹੀਨਾ ਕਿਹੜਾ ਆਉਂਦਾ ਹੈ? ਚੇਤ ਆਉਂਦਾ ਹੈ ਨਾ, ਚੇਤ ਵਿਸਾਖ। ਇੱਦਾਂ ਦੋਸਤੋ, ਇੱਥੇ ਇਹਨਾਂ ਨੇ ਪੁੱਛਿਆ ਕਿ ਅੱਧ ਮਾਰਚ ਤੋਂ ਅਪ੍ਰੈਲ ਤੱਕ ਕਿਹੜਾ ਦੇਸੀ ਮਹੀਨਾ ਆਉਂਦਾ, ਤਾਂ ਚੇਤ ਆਉਂਦਾ ਹੈ। ਇਸ ਦਾ ਰਾਈਟ ਆਂਸਰ ਆਪਸ਼ਨ ਡੀ ਹੋਵੇਗਾ ਜੀ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਇੱਥੇ ਆ ਗਿਆ ਜੀ ਸ਼ੁੱਧ ਸ਼ਬਦ ਚੁਣੋ। ਇੱਥੇ ਆਪਾਂ ਜਿਹੜਾ ਕਿ ਸਹੀ ਸ਼ਬਦ ਚੁਣਨਾ ਹੈ, ਆਪਸ਼ਨ ਏ ਸਹੁਰਾ, ਇਹ ਵੀ ਗਲਤ ਆ ਜੀ। ਆਪਸ਼ਨ ਬੀ ਸਹੁਰਾ, ਇਹ ਸਹੀ ਆਂਸਰ ਆ ਜੀ, ਕਿਉਂਕਿ ਆ ਸੀ ਜਿਹੜਾ ਸਹੁਰਾ ਇਹ ਵੀ ਗਲਤ ਆ, ਡੀ ਵੀ ਜਿਹੜਾ ਸਹੁਰਾ ਇਹ ਵੀ ਗਲਤ ਆ, ਤਾਂ ਆਪਸ਼ਨ ਬੀ ਇਸ ਦਾ ਰਾਈਟ ਆਂਸਰ ਆ ਜੀ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਭਾਰਤ ਤੋਂ ਇਲਾਵਾ ਡੈਸ਼ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਪੱਧਰ 'ਤੇ ਮਾਨਤਾ ਪ੍ਰਾਪਤ ਹੈ, ਇਹ ਖਾਲਿਸਤਾਨ ਭਰਨ ਲਈ ਸਹੀ ਵਿਕਲਪ ਚੁਣੋ। ਹਾਂਜੀ, ਗੈਸ ਕਰੋ ਕਿ ਇਸਦਾ ਰਾਈਟ ਆਂਸਰ ਕੀ ਹੋ ਸਕਦਾ ਹੈ। ਦੋਸਤੋ, ਇੱਥੇ ਸਵਾਲ ਆ ਕਿ ਭਾਰਤ ਤੋਂ ਇਲਾਵਾ ਯਾਨੀ ਕਿਹੜੇ ਦੇਸ਼ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਪੱਧਰ 'ਤੇ ਮਾਨਤਾ ਪ੍ਰਾਪਤ ਆ? ਆਪਸ਼ਨ ਏ ਸਵਿਟਜ਼ਰਲੈਂਡ, ਕੈਨੇਡਾ, ਜਰਮਨੀ ਜਾਂ ਫਿਰ ਰੂਸ। ਹਾਂਜੀ, ਗੈਸ ਕਰੋ ਕਿ ਇਹਦਾ ਸਹੀ ਆਂਸਰ ਕੀ ਹੈ। ਤਾਂ ਇਸਦਾ ਸਹੀ ਆਂਸਰ ਹੈਗਾ ਜੀ ਆਪਸ਼ਨ ਬੀ, ਕੈਨੇਡਾ। ਭਾਰਤ ਤੋਂ ਇਲਾਵਾ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਪੱਧਰ 'ਤੇ ਮਾਨਤਾ ਪ੍ਰਾਪਤ ਆ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਸਬਰ ਨਾਲ ਕੀਤਾ ਕੰਮ ਜ਼ਰੂਰ ਪੂਰਾ ਹੁੰਦਾ ਹੈ, ਇਸ ਦੇ ਲਈ ਕਿਹੜੇ ਅਖਾਣ ਦੀ ਵਰਤੋਂ ਕੀਤੀ ਜਾਂਦੀ ਆ? ਆਪਸ਼ਨ ਏ ਸਹਿਜ ਪੱਕੇ ਸੋ ਮਿੱਠਾ ਹੋਏ, ਜਾਂ ਫਿਰ ਬੀ ਸਾਈਆਂ ਕਿਤੇ ਅਤੇ ਵਧਾਈਆਂ ਕਿਤੇ, ਜਾਂ ਫਿਰ ਸੀ ਆਪਸ਼ਨ ਕਰ ਮਜ਼ੂਰੀ ਅਤੇ ਖਾ ਚੂਰੀ, ਜਾਂ ਫਿਰ ਡੀ ਹੋਣੀ ਹਾਰ ਮਿਟਾਵੇ ਕੌਣ। ਇਸ ਦਾ ਸਹੀ ਆਂਸਰ ਕੀ ਹੋ ਸਕਦਾ ਹੈ? ਹਾਂਜੀ, ਬਿਲਕੁਲ ਇਹਦਾ ਸਹੀ ਆਂਸਰ ਆ ਜੀ ਆਪਸ਼ਨ ਏ, ਸਹਿਜ ਪੱਕੇ ਸੋ ਮਿੱਠਾ ਹੋਏ। ਸਬਰ ਨਾਲ ਕੀਤਾ ਕੰਮ ਜ਼ਰੂਰ ਪੂਰਾ ਹੁੰਦਾ ਹੈ, ਇਸਦਾ ਸਹੀ ਆਂਸਰ ਆ ਜੀ ਸਹਿਜ ਪੱਕੇ ਸੋ ਮਿੱਠਾ ਹੋਏ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਇੱਥੇ ਫਿਰ ਆਪਾਂ ਇਹ ਅਖਾਣ ਪੂਰਾ ਕਰਨਾ ਹੈ ਜੀ, ਉਹ ਕਿਹੜੀ ਗਲੀ ਜਿੱਥੇ ਡੈਸ਼ ਨਹੀਂ ਖੜੀ, ਉਹ ਕਿਹੜੀ ਗਲੀ ਜਿੱਥੇ ਡੈਸ਼ ਨਹੀਂ ਖੜੀ। ਆਪਸ਼ਨ ਏ ਜੇ ਆਪਾਂ ਭਾਗੋ ਲਈ ਆ, ਜਿੱਥੇ ਭਾਗੀ ਨਾ ਖੜੀ ਇਹ ਵੀ ਨਹੀਂ ਬਣਦਾ, ਜਿੱਥੇ ਭਾਗੋ ਨਾ ਖੜੀ ਭਾਗੋ ਇਹ ਸਹੀ ਲੱਗਦਾ ਹੈ ਜੀ। ਆਪਸ਼ਨ ਸੀ ਜਿੱਥੇ ਸੋਚ ਨਹੀਂ ਖੜੀ ਇਹ ਵੀ ਗਲਤ ਆ, ਆਪਸ਼ਨ ਡੀ ਜਿਹੜਾ ਮਲਕੀ ਇਹ ਵੀ ਗਲਤ ਆ, ਇਸਦਾ ਆਪਸ਼ਨ ਬੀ ਜਿਹੜਾ ਕਿ ਰਾਈਟ ਆਂਸਰ ਹੋਵੇਗਾ, ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਸਹੀ ਸ਼ਬਦ ਜੋੜ ਚੁਣੋ। ਇਸਦਾ ਸਹੀ ਸ਼ਬਦ ਆਪਾਂ ਜਿਹੜਾ ਕਿ ਦੇਖਣਾ ਕੀ ਆ, ਆਪਸ਼ਨ ਏ ਖਾਲਿਸ ਇਹ ਵੀ ਗਲਤ ਆ ਜੀ, ਆਪਸ਼ਨ ਬੀ ਖਲੀਸ ਇਹ ਵੀ ਗਲਤ ਆ ਜੀ, ਆਪਸ਼ਨ ਬੀ ਖਾਲਸ ਇਹ ਸਹੀ ਆ ਜੀ, ਕਿਉਂਕਿ ਆਪਾਂ ਖਾਲਸਾ ਜਦੋਂ ਲਿਖਦੇ ਹਾਂ ਇਸ ਤਰ੍ਹਾਂ ਖੱਖੇ ਦੇ ਪੈਰ 'ਚ ਬਿੰਦੀ ਪਾਉਂਦੇ ਹਾਂ, ਨਾਲ ਕੰਨਾ ਪਾਉਂਦੇ ਹਾਂ, ਲੱਲਾ ਸੱਸਾ ਸੱਸੇ ਕੰਨਾ, ਇਹ ਜਿਹੜਾ ਸ਼ਬਦ ਸਹੀ ਆ ਜੀ, ਅਤੇ ਆਪਸ਼ਨ ਡੀ ਜਿਹੜਾ ਖਲਸ ਇਹ ਵੀ ਗਲਤ ਵਾ। ਸੋ ਇਸਦਾ ਰਾਈਟ ਆਂਸਰ ਆਪਸ਼ਨ ਸੀ ਹੋਵੇਗਾ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਅਕਹਿ ਸ਼ਬਦ ਵਿੱਚ ਅਗੇਤਰ ਕੀ ਹੈ? ਸੋ ਅਕਹਿ ਸ਼ਬਦ ਦਾ ਅਗੇਤਰ ਕੀ ਬਣੇਗਾ? ਆਕ ਇਹ ਵੀ ਨਹੀਂ ਬਣੇਗਾ, ਕਿਉਂਕਿ ਆਕ ਕਹਿ ਐੜੇ ਕੰਨਾਂ ਇਹ ਬਿਲਕੁਲ ਗਲਤ, ਐੜੇ ਦੇ ਕੰਨਾਂ ਨਾਲ ਲੱਗਾ ਹੀ ਨਹੀਂ ਆ, ਅਤੇ ਇੱਥੇ ਫਿਰ ਐੜੇ ਕੰਨ ਦੇ ਨਾਲ ਜਿਹੜਾ ਕਿ ਕਹਿ ਨਾਲ ਐੜੇ ਕੰਨਾਂ ਨਹੀਂ ਲੱਗਦਾ, ਇਹ ਵੀ ਗਲਤ ਆ। ਸੋ ਆ ਐੜਾ ਜਿਹੜਾ ਇਸਦਾ ਸਹੀ ਆਂਸਰ ਆ ਜੀ, ਕਿਉਂਕਿ ਇਹ ਕਹਿ ਦੇ ਨਾਲ ਜਿਹੜਾ ਕਿ ਜਿਹੜਾ ਐੜਾ ਵਾ ਉਹ ਵੱਖਰਾ ਬਣ ਜਾਂਦਾ ਹੈ, ਅਤੇ ਕਹਿ ਜਿਹੜਾ ਉਹ ਵੱਖਰਾ ਸ਼ਬਦ ਬਣ ਜਾਂਦਾ ਹੈ। ਸੋ ਇਸਦਾ ਅਗੇਤਰਾ ਜਿਹੜਾ ਐੜਾ ਹੋਵੇਗਾ,
ਅਤੇ ਆ ਅੱਕ ਵੀ ਜਿਹੜਾ ਇਹ ਗਲਤ ਹੈ। ਸੋ ਇਸਦਾ ਰਾਈਟ ਆਨਸਰ ਆਪਸ਼ਨ ਸੀ ਹੋਵੇਗਾ ਜੀ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਕਾਮਾ ਦੀ ਸਹੀ ਵਰਤੋਂ ਕਿਸ ਵਾਕ ਵਿੱਚ ਕੀਤੀ ਗਈ ਹੈ? ਹਾਂਜੀ ਗੈਸ ਕਰੋ ਕਿ ਇਸਦਾ ਸਹੀ ਆਨਸਰ ਕੀ ਹੋ ਸਕਦਾ ਹੈ। ਸੋ ਆਪਸ਼ਨ ਏ ਦੇ ਵਿੱਚ ਲਿਖਿਆ ਹੋਇਆ ਚਿੰਤਾ ਨਾ ਕਰੋ, ਗਾੜੀ ਕੌਮਾ ਲਿਖਿਆ ਹੋਇਆ, ਫਿਰ ਅਕਾਲ ਪੁਰਖ ਸਭ ਦੀ ਸੁਣਦਾ ਹੈ। ਸੋ ਇੱਥੇ ਆਹ ਵਾਲਾ ਕੌਮਾ ਜਿਹੜਾ ਗਲਤ ਦਿੱਤਾ ਹੋਇਆ ਵਾ। ਫਿਰ ਆਪਸ਼ਨ ਬੀ ਚਿੰਤਾ ਨਾ ਕਰੋ, ਇੱਥੇ ਇਹਨਾਂ ਨੇ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਜਿਹੜਾ ਕਿ ਕੌਮਾ ਲਗਾ ਦਿੱਤਾ ਵਾ। ਸੋ ਇਹ ਵੀ ਨਹੀਂ ਬਣਦੀ ਆਪਣੀ ਆਪਸ਼ਨ। ਤੀਜੇ ਨੰਬਰ 'ਤੇ ਲਿਖਿਆ ਜੀ ਚਿੰਤਾ ਨਾ ਕਰੋ, ਇੱਥੇ ਤੱਕ ਠੀਕ ਆ। ਫਿਰ ਅੱਗੇ ਲਿਖਿਆ ਅਕਾਲ ਪੁਰਖ ਸਭ ਦੀ ਸੁਣਦਾ ਹੈ, ਅਕਾਲ ਪੁਰਖ ਸਭ ਦੀ ਸੁਣਦਾ ਹੈ। ਸੋ ਇਹ ਜਿਹੜਾ ਵਾਕ ਦੋਸਤੋ ਸਹੀ ਆਪਸ਼ਨ ਸੀ, ਇਸਦਾ ਰਾਈਟ ਆਨਸਰ ਹੋਊਗਾ। ਕਿਉਂਕਿ ਡੀ ਦੇ ਵਿੱਚ ਵੀ ਇਹਨਾਂ ਨੇ ਚਿੰਤਾ ਦੇ ਅੱਗੇ ਇਹਨਾਂ ਨੇ ਕੌਮਾ ਲਗਾ ਦਿੱਤਾ, ਇਹ ਵੀ ਗਲਤ ਵਾ। ਤਾਂ ਇਸਦਾ ਆਪਸ਼ਨ ਸੀ ਬਿਲਕੁਲ ਰਾਈਟ ਆਨਸਰ ਆ ਜੀ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਜਦੋਂ ਮੀਂਹ ਨਾ ਪਵੇ ਬਹੁਤੇ ਸ਼ਬਦ ਲਈ ਇੱਕ ਸ਼ਬਦ ਚੁਣੋ। ਆਪਸ਼ਨ ਏ ਸੇਮ, ਬੀ ਬਰਸਾਤ, ਸੀ ਬੰਜਰ, ਜਾਂ ਫਿਰ ਡੀ ਔੜ। ਹਾਂਜੀ ਗੈਸ ਕਰੋ ਕਿ ਇਹਦਾ ਸਹੀ ਆਨਸਰ ਕੀ ਹੋ ਸਕਦਾ ਹੈ। ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਡੀ ਔੜ। ਜਦੋਂ ਮੀਂਹ ਨਾ ਪਵੇ ਬਹੁਤੇ ਸ਼ਬਦਾਂ ਲਈ ਇੱਕ ਸ਼ਬਦ ਚੁਣੋ, ਔੜ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਖੁਸ਼ਬੂ ਸ਼ਬਦ ਦਾ ਸਮਾਨਾਰਥਕ ਕਿਹੜਾ ਨਹੀਂ ਹੈ? ਇੱਥੇ ਆਪਾਂ ਖੁਸ਼ਬੂ ਸ਼ਬਦ ਦਾ ਸਮਾਨਾਰਥਕ ਕਿਹੜਾ ਨਹੀਂ ਹੈ ਇਹ ਧਿਆਨ ਵਿੱਚ ਰੱਖੋ। ਨਹੀਂ ਜਿਹੜਾ ਉਹ ਲੱਭਣਾ, ਕਿਉਂਕਿ ਖੁਸ਼ਬੂ ਦਾ ਜਿਹੜਾ ਸਮਾਨਾਰਥਕ ਵਾਸ਼ਨਾ, ਇਹ ਵੀ ਸਮਾਨਾਰਥਕ ਆ, ਸੁਗੰਧ ਵੀ, ਮਹਿਕ ਵੀ ਆ, ਖੁਸ਼ੀ ਜਿਹੜਾ ਕਿ ਇਹ ਜਿਹੜਾ ਸਮਾਨਾਰਥਕ ਨਹੀਂ ਹੈ। ਸੋ ਇਸਦਾ ਰਾਈਟ ਆਨਸਰ ਹੋਵੇਗਾ ਜੀ ਆਪਸ਼ਨ ਡੀ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਦੇਸੀ ਸਾਲ ਦਾ ਦਸਵਾਂ ਮਹੀਨਾ ਕਿਹੜਾ ਹੁੰਦਾ ਹੈ? ਸਾਉਣ, ਭਾਦੋਂ, ਪੋਹ, ਜਾਂ ਫਿਰ ਮੱਘਰ। ਹਾਂਜੀ ਗੈਸ ਕਰੋ ਕਿ ਇਸਦਾ ਸਹੀ ਆਨਸਰ ਕੀ ਹੋ ਸਕਦਾ ਹੈ। ਤਾਂ ਇਸਦਾ ਸਹੀ ਆਨਸਰ ਆ ਜੀ ਆਪਸ਼ਨ ਸੀ ਪੋਹ। ਦੇਸੀ ਸਾਲ ਦਾ ਦਸਵਾਂ ਮਹੀਨਾ ਕਿਹੜਾ ਹੁੰਦਾ ਹੈ? ਪੋਹ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਇਹ ਦੇਸੀ ਮਹੀਨੇ ਦੇ ਜਿਹੜੇ ਹੈਗੇ ਨਾ, ਦੇਸੀ ਮਹੀਨੇ, ਇਹ ਤੁਸੀਂ ਜ਼ਰੂਰ ਯਾਦ ਕਰ ਲਿਓ, ਕਿਉਂਕਿ ਇਹ ਕਾਫੀ ਕੁਐਸਚਨ ਆ ਰਹੇ ਨੇ ਪੇਪਰ ਦੇ ਵਿੱਚ ਇਹਨਾਂ ਬਾਰੇ। ਅਤੇ ਅਗਲਾ ਸਵਾਲ ਹੈਗਾ ਜੀ ਇਸ ਵਿਸ਼ਰਾਮ ਚਿੰਨ੍ਹ ਨੂੰ ਕੀ ਕਹਿੰਦੇ ਹਨ? ਸੋ ਇੱਥੇ ਆ ਵਿਸ਼ਰਾਮ ਚਿੰਨ੍ਹ ਦਿੱਤਾ ਹੋਇਆ ਵਾ ਜੀ। ਇਸ ਵਿਸ਼ਰਾਮ ਚਿੰਨ੍ਹ ਨੂੰ ਕੀ ਕਹਿੰਦੇ ਹਨ? ਬਿੰਦੀ, ਕਾਮਾ, ਜਾਂ ਫਿਰ ਕਾਮਾ, ਜਾਂ ਫਿਰ ਪ੍ਰਸ਼ਨ ਚਿੰਨ੍ਹ, ਜਾਂ ਫਿਰ ਵਿਸਮਿਕ ਚਿੰਨ੍ਹ। ਹਾਂਜੀ ਗੈਸ ਕਰੋ ਕਿ ਇਸਦਾ ਸਹੀ ਆਨਸਰ ਕੀ ਹੋ ਸਕਦਾ ਹੈ। ਹਾਂਜੀ ਇਸਦਾ ਸਹੀ ਆਨਸਰ ਆ ਜੀ ਆਪਸ਼ਨ ਬੀ, ਕੌਮਾ। ਇਹਨੂੰ ਜਿਹੜਾ ਕਿ ਕੌਮਾ ਕਹਿੰਦੇ ਆ ਇਸ ਵਿਸ਼ਰਾਮ ਚਿੰਨ੍ਹ ਨੂੰ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਬਹੁਤੇ ਸ਼ਬਦਾਂ ਲਈ ਇੱਕ ਸ਼ਬਦ ਚੁਣੋ। ਪੈਦਲ ਸਫ਼ਰ ਕਰਨ ਵਾਲਾ, ਪੈਦਲ ਸਫ਼ਰ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ? ਮੁਸਾਫਰ, ਪੰਧ, ਜਾਂ ਪਾਂਧੀ, ਜਾਂ ਫਿਰ ਸਫਰੀ। ਹਾਂਜੀ ਗੈਸ ਕਰੋ ਕਿ ਇਹਦਾ ਸਹੀ ਆਨਸਰ ਕੀ ਹੋ ਸਕਦਾ ਹੈ। ਤਾਂ ਪੈਦਲ ਸਫ਼ਰ ਕਰਨ ਵਾਲੇ ਨੂੰ ਕਿਹਾ ਜਾਂਦਾ ਜੀ ਪਾਂਧੀ। ਆਪਸ਼ਨ ਸੀ ਇਸਦਾ ਰਾਈਟ ਆਨਸਰ ਆ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਸਹੀ ਵਿਸ਼ਰਾਮ ਚਿੰਨ੍ਹਾਂ ਵਾਲਾ ਵਾਕ ਚੁਣੋ। ਸੋ ਇੱਥੇ ਆਪਾਂ ਸਹੀ ਵਿਸ਼ਰਾਮ ਚਿੰਨ੍ਹਾਂ ਵਾਲਾ ਵਾਕ ਚੁਣਨਾ ਹੈ। ਇੱਥੇ ਆਪਸ਼ਨ ਏ ਦੇ ਵਿੱਚ ਲਿਖਿਆ ਹੈ ਬੇਟਾ ਤੁਹਾਡਾ ਨਾਂ ਕੀ ਹੈ? ਯਾਨੀ ਕਿ ਆਪਾਂ ਨੂੰ ਇਸ ਸੈਂਟੈਂਸ ਤੋਂ ਪਤਾ ਲੱਗ ਜਾਣਾ ਵੀ ਕਿਸੇ ਨੇ ਸਵਾਲ ਪੁੱਛਿਆ ਹੈ ਜਾਂ ਕੀ ਗੱਲਬਾਤ ਕੀਤੀ ਆ। ਸੋ ਇੱਥੇ ਉਹਨਾਂ ਨੇ ਪੁੱਛਿਆ, ਸਵਾਲ ਪੁੱਛਿਆ ਵਾ ਬੇਟਾ ਤੁਹਾਡਾ ਨਾਂ ਕੀ ਹੈ। ਸੋ ਇਹ ਜੇ ਪ੍ਰਸ਼ਨ ਵਾਕ ਵਾ ਤਾਂ ਆਪਾਂ ਇਹੀ ਵੇਖਣਾ ਹੈ ਕਿ ਇਹਨਾਂ ਦੇ ਵਿੱਚ ਕੁਐਸਚਨ, ਸਭ ਤੋਂ ਪਹਿਲਾਂ ਚੀਜ਼ ਆਪਾਂ ਇਹ ਵੇਖਣੀ ਆ ਇਹਨਾਂ ਦੇ ਵਿੱਚ ਕੁਐਸਚਨ ਮਾਰਕ ਕਿੱਥੇ ਲੱਗਾ ਵਾ। ਸੋ ਕੁਐਸਚਨ ਮਾਰਕ ਇੱਕ ਦੇ ਹੀ ਲੱਗਾ ਵਾ। ਜੇਕਰ ਹੋਰ ਬਾਕੀਆਂ ਦੇ ਵੀ ਜਿਹੜਾ ਕੁਐਸਚਨ ਮਾਰਕ ਲੱਗੇ ਹੁੰਦੇ ਫਿਰ ਆਪਾਂ ਸਾਰਾ ਸੈਂਟੈਂਸ ਵੇਖਣਾ ਸੀ ਕਿਹੜਾ ਸਹੀ ਹੈ ਅਤੇ ਕਿਹੜਾ ਨਹੀਂ। ਸੋ ਇੱਥੇ ਆਪਾਂ ਦੂਜਾ ਸੈਂਟੈਂਸ ਪੜ੍ਹਦੇ ਹਾਂ ਜੀ ਕੁਐਸਚਨ ਮਾਰਕ, ਕਿਉਂਕਿ ਇੱਕ ਦੇ ਲੱਗਾ ਵਾ ਬੇਟਾ ਤੁਹਾਡਾ ਨਾਂ ਕੀ ਹੈ। ਸੋ ਇਹ ਜਿਹੜਾ ਬੀ ਆਪਸ਼ਨ ਇਸਦਾ ਰਾਈਟ ਹੋਵੇਗਾ। ਚਲੋ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ, ਕਿਉਂਕਿ ਇਸ ਦੇ ਨਾਲ ਜਿਹੜਾ ਕਿ ਸਾਰੇ ਵਿਸ਼ਰਾਮ ਚਿੰਨ੍ਹ ਵੀ ਜਿਹੜਾ ਕਿ ਬਿਲਕੁਲ ਸਹੀ ਤਰੀਕੇ ਨਾਲ ਲੱਗੇ ਹੋਏ ਆ। ਬੇਟਾ ਦੇ ਅੱਗੇ ਇਹਨਾਂ ਨੇ ਕੌਮਾ ਪਾਇਆ ਵਾ, ਫਿਰ ਬਾਕੀ ਅਗਲੀ ਗੱਲ ਬਾਅਦ ਵਿੱਚ ਸ਼ੁਰੂ ਕੀਤੀ ਆ ਅਤੇ ਫਿਰ ਲਾਸਟ ਦੇ ਕੁਐਸਚਨ ਮਾਰਕ ਲਗਾਇਆ ਵਾ। ਅਤੇ ਚਲੋ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ।
ਮੈਂ ਦਾ ਵਚਨ ਬਦਲੋ। ਇੱਥੇ ਆਪਾਂ ਮੈਂ ਦਾ ਵਚਨ ਬਦਲਣਾ ਵਾ, ਯਾਨੀ ਕਿ ਇੱਥੇ ਆਪਸ਼ਨਾਂ ਦੇ ਵਿੱਚ ਦਿੱਤਾ ਹੋਇਆ ਮੈਨੂੰ, ਮੇਰੀ, ਅਸੀਂ ਅਤੇ ਤੁਸੀਂ। ਮੈਂ ਦਾ ਜਿਹੜਾ ਕਿ ਵਚਨ ਕੀ ਹੋਊਗਾ, ਮੈਂ ਇਹਨੂੰ ਆਪਾਂ ਜ਼ਿਆਦਾ 'ਚ ਕਿੱਦਾਂ ਲਿਖਾਂਗੇ, ਮੈਂ ਅਤੇ ਅਸੀਂ। ਅਸੀਂ ਇਸਦਾ ਸਹੀ ਆਂਸਰ ਹੋਊਗਾ, ਕਿਉਂਕਿ ਮੈਂ ਦਾ ਮੈਨੂੰ ਨਹੀਂ ਹੈਗਾ, ਮੇਰੀ ਵੀ ਨਹੀਂ ਹੈਗਾ, ਨਾ ਹੀ ਡੀ ਆਪਸ਼ਨ ਤੁਸੀਂ, ਇਹ ਵੀ ਗਲਤ ਵਾ। ਸੋ ਸੀ ਆਪਸ਼ਨ ਇਸਦਾ ਰਾਈਟ ਆ ਜੀ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਹੇਠ ਲਿਖਿਆਂ ਵਿੱਚੋਂ ਪਿਛੇਤਰ ਯੁਕਤ ਸ਼ਬਦ ਕਿਹੜਾ ਹੈ? ਹਾਂਜੀ, ਗੈਸ ਕਰੋਗੇ ਇਹਦਾ ਸਹੀ ਆਂਸਰ ਕੀ ਹੋ ਸਕਦਾ ਹੈ? ਤਾਂ ਇਸਦਾ ਸਹੀ ਆਂਸਰ ਆ ਜੀ ਆਪਸ਼ਨ ਸੀ, ਖਾਨਦਾਨ। ਹੇਠ ਲਿਖਿਆਂ ਵਿੱਚੋਂ ਪਿਛੇਤਰ ਯੁਕਤ ਦਾ ਸ਼ਬਦ ਕਿਹੜਾ ਹੈ? ਤਾਂ ਖਾਨਦਾਨ, ਕਿਉਂਕਿ ਦਾਨ ਜਿਹੜਾ ਵਾ ਪਿਛੇਤਰ ਵਿੱਚ ਲੱਗ ਜਾਂਦਾ ਵਾ, ਖਾਨ ਅਤੇ ਦਾਨ ਹੈ ਵਾ, ਇਹ ਪਿਛੇਤਰ ਯੁਕਤ ਸ਼ਬਦ ਨੇ। ਸੋ ਇਸਦਾ ਆਪਸ਼ਨ ਸੀ ਰਾਈਟ ਆਂਸਰ ਆ ਜੀ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਕਿਹੜਾ ਸ਼ਬਦ ਅਸ਼ੁੱਧ ਹੈ? ਸੋ ਇਹਨਾਂ ਵਿੱਚੋਂ ਆਪਾਂ ਅਸ਼ੁੱਧ ਸ਼ਬਦ ਵੇਖਣਾ ਵਾ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਜੀ, ਆਪਸ਼ਨ ਬੀ ਜਿਹੜਾ ਮੌਤ, ਇਹ ਵੀ ਸਹੀ ਹੈ, ਅਤੇ ਆਪਸ਼ਨ ਸੀ ਪਿੰਡ, ਇਹ ਵੀ ਸਹੀ ਲਿਖਿਆ ਹੋਇਆ ਹੈ। ਡੀ ਜਿਹੜਾ ਮੁਕਾਬਲਾ, ਇਹ ਵੀ ਸਹੀ ਲਿਖਿਆ ਹੋਇਆ ਹੈ। ਆਪਸ਼ਨ ਏ ਜਿਹੜਾ ਕਿ ਇਹ ਜਿਹੜਾ ਗਲਤ ਵਾ, ਇਹ ਬਿਸਤਰਾ ਜਿਹੜਾ ਕਿ ਇਹਨਾਂ ਨੇ ਬਿਸਤਰਾ ਲਿਖਿਆ ਹੋਇਆ ਵਾ। ਸੋ ਇਸਦਾ ਆਪਸ਼ਨ ਏ ਜਿਹੜਾ ਕਿ ਰਾਈਟ ਆਂਸਰ ਹੋਵੇਗਾ ਜੀ। ਸੋ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਏ, ਬਿਸਤਰਾ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਅਗਲਾ ਸਵਾਲ ਹੈਗਾ ਜੀ, ਉਜਾੜ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਹੈ? ਆਪਸ਼ਨ ਏ ਵਸੋਂ, ਰੇਤਲਾ, ਸੁੰਨਸਾਨ ਜਾਂ ਫਿਰ ਪਥਰੀਲਾ। ਹਾਂਜੀ, ਗੱਲ ਕਰੋਗੇ ਇਸਦਾ ਸਹੀ ਆਂਸਰ ਕੀ ਹੋ ਸਕਦਾ ਹੈ? ਸੋ ਉਜਾੜ ਦਾ ਵਿਰੋਧੀ ਸ਼ਬਦ ਹੈਗਾ ਜੀ ਵਸੋਂ, ਇਸਦਾ ਆਪਸ਼ਨ ਏ ਰਾਈਟ ਆਂਸਰ ਆ ਜੀ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਜਿਹੜਾ ਲੋਕਾਂ ਉੱਤੇ ਜ਼ੁਲਮ ਕਰੇ ਉਸਨੂੰ ਕੀ ਕਹਿੰਦੇ ਹਨ? ਆਪਸ਼ਨ ਏ ਗੁਸੇਲਾ, ਬੀ ਨਿਰਤਨ, ਸੀ ਨਿਰਦਈ ਜਾਂ ਫਿਰ ਡੀ ਦੁਰਾਚਾਰੀ। ਹਾਂਜੀ, ਗੈਸ ਕਰੋ ਕਿ ਇਹਦਾ ਸਹੀ ਆਂਸਰ ਕੀ ਹੋ ਸਕਦਾ ਹੈ? ਇਸਦਾ ਸਹੀ ਆਂਸਰ ਆ ਜੀ ਆਪਸ਼ਨ ਸੀ ਨਿਰਦਈ। ਜਿਹੜਾ ਲੋਕਾਂ ਉੱਤੇ ਜ਼ੁਲਮ ਕਰੇ ਉਸਨੂੰ ਕੀ ਕਹਿੰਦੇ ਹਨ? ਨਿਰਦਈ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਜੋ ਥਾਂ ਸਭ ਦੀ ਸਾਂਝੀ ਹੋਵੇ ਉਸਨੂੰ ਕੀ ਕਹਿੰਦੇ ਹਨ? ਆਪਸ਼ਨ ਏ ਵਿਰਾਸਤ ਜਾਂ ਫਿਰ ਬੀ ਭੂਮੀ, ਸੀ ਨਿੱਜੀ, ਡੀ ਸ਼ਾਮਲਾਟ। ਦੋਸਤੋ, ਜੋ ਥਾਂ ਸਭ ਦੀ ਸਾਂਝੀ ਹੋਵੇ ਉਸਨੂੰ ਕੀ ਕਹਿੰਦੇ ਆ? ਆਪਸ਼ਨ ਏ ਵਿਰਾਸਤ ਤਾਂ ਬਿਲਕੁਲ ਨਹੀਂ ਹੈਗਾ ਜੀ, ਨਾ ਹੀ ਭੂਮੀ ਕਹਿੰਦੇ ਆ ਜੀ, ਇਹ ਵੀ ਗਲਤ ਆ। ਨਿੱਜੀ ਯਾਨੀ ਕਿ ਪਰਸਨਲ ਹੋ ਗਿਆ, ਵੀ ਨਹੀਂ ਹੈਗਾ ਜੀ, ਬਿਲਕੁਲ ਗਲਤ। ਸ਼ਾਮਲਾਟ ਜਿਹੜਾ ਕਿ ਸਭ ਦੀ ਸਾਂਝੀ ਥਾਂ ਹੁੰਦੀ ਆ। ਸੋ ਇਸਦਾ ਰਾਈਟ ਆਂਸਰ ਆ ਜੀ ਆਪਸ਼ਨ ਡੀ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਕੁੜਮਣੀ ਸ਼ਬਦ ਦਾ ਪੁਲਿੰਗ ਕੀ ਹੈ? ਸੋ ਆਪਾਂ ਇਹਦਾ ਮੇਲ ਜਿਹੜਾ ਸ਼ਬਦ ਲੱਭਣਾ ਵਾ, ਤਾਂ ਇਸਦਾ ਸਹੀ ਆਂਸਰ ਕੀ ਹੋ ਸਕਦਾ? ਤਾਂ ਕੁੜਮਣੀ ਸ਼ਬਦ ਦਾ ਜਿਹੜਾ ਪੁਲਿੰਗ ਆ, ਉਹ ਇਸਦਾ ਆਪਸ਼ਨ ਏ ਇਸਦਾ ਰਾਈਟ ਆਂਸਰ ਆ ਜੀ, ਕੁੜਮਣੀ ਦਾ ਕੁੜਮ ਸ਼ਬਦ ਸਹੀ ਹੋਵੇਗਾ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਸ਼ੁੱਧ ਸ਼ਬਦ ਚੁਣੋ, ਆਪਾਂ ਇਹਨਾਂ ਵਿੱਚੋਂ ਸਹੀ ਸ਼ਬਦ ਚੁਣਨਾ ਹੈ। ਆਪਸ਼ਨ ਏ ਦੇ ਵਿੱਚ ਲਿਖਿਆ ਹੋਇਆ 125, ਤਾਂ ਇਹ ਗਲਤ ਆਂਸਰ ਆ। ਆਪਸ਼ਨ ਬੀ ਦੇ ਵਿੱਚ ਲਿਖਿਆ 125, ਇਹ ਵੀ ਗਲਤ ਆ ਜੀ। ਆਪਸ਼ਨ ਸੀ ਲਿਖਿਆ 125, ਇਹ ਬਿਲਕੁਲ ਸਹੀ ਆਂਸਰ ਆ ਜੀ, ਕਿਉਂਕਿ ਡੀ ਵੀ ਲਿਖਿਆ ਵਾ 125, ਇਹ ਵੀ ਗਲਤ ਆ ਜੀ। ਆਪਸ਼ਨ ਸੀ ਇਸਦਾ ਰਾਈਟ ਆਂਸਰ ਆ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਦੇਸੀ ਸਾਲ ਦਾ ਕਿਹੜਾ ਮਹੀਨਾ ਸਾਉਣ ਤੋਂ ਮਗਰੋਂ ਅਤੇ ਅੱਸੂ ਤੋਂ ਪਹਿਲਾਂ ਆਉਂਦਾ ਹੈ? ਸੋ ਮੈਂ ਤੁਹਾਨੂੰ ਵਾਰ ਵਾਰ ਕਹਿਣਾ ਕਿ ਦੇਸੀ ਮਹੀਨਿਆਂ ਦੇ ਨਾਂ ਜ਼ਰੂਰ ਯਾਦ ਕਰਕੇ ਜਾਇਓ, ਕਿਹੜਾ ਮਹੀਨਾ ਕਿਨਵੇਂ ਨੰਬਰ 'ਤੇ ਆਉਂਦਾ ਵਾ, ਇਹ ਵੀ ਧਿਆਨ ਵਿੱਚ ਰੱਖਿਓ। ਇੱਥੇ ਇਹਨਾਂ ਨੇ ਪੁੱਛਿਆ ਕਿ ਦੇਸੀ ਸਾਲ ਦਾ ਕਿਹੜਾ ਮਹੀਨਾ ਸਾਉਣ ਤੋਂ ਮਗਰੋਂ ਅਤੇ ਅੱਸੂ ਤੋਂ ਪਹਿਲਾਂ ਆਉਂਦਾ ਹੈ? ਸੋ ਜਿਨ੍ਹਾਂ ਨੂੰ ਦੇਸੀ ਮਹੀਨਿਆਂ ਦੇ ਨਾਂ ਆਉਂਦੇ ਆ, ਉਹਨਾਂ ਨੂੰ ਪਤਾ ਹੀ ਹੈ ਕਿ ਸਾਉਣ ਤੋਂ ਬਾਅਦ ਕਿਹੜਾ ਮਹੀਨਾ ਆਉਂਦਾ। ਸਾਉਣ ਪਹਿਲੇ ਨੰਬਰ 'ਤੇ ਆਉਂਦਾ ਜੀ, ਸਾਉਣ, ਉਸ ਤੋਂ ਬਾਅਦ ਆਉਂਦਾ ਜੀ ਭਾਦੋਂ, ਫਿਰ ਆਉਂਦਾ ਅੱਸੂ। ਠੀਕ ਆ,
ਸੌਣ ਤੋਂ ਜਿਹੜਾ ਉਹਨਾਂ ਪੁੱਛਿਆ ਕਿ ਸੌਣ ਤੋਂ ਮਗਰੋਂ ਆਉਂਦਾ ਵਾ, ਸੌਣ ਤੋਂ ਮਗਰੋਂ ਆਉਂਦਾ ਭਾਦੋਂ, ਅਤੇ ਅੱਸੂ ਤੋਂ ਪਹਿਲਾਂ ਆਉਂਦਾ ਵਾ ਭਾਦੋਂ। ਸੋ ਇੱਥੇ ਰਾਈਟ ਆਂਸਰ ਹੋਊਗਾ ਜੀ ਆਪਸ਼ਨ ਡੀ, ਇਸ ਦਾ ਰਾਈਟ ਆਂਸਰ ਹੋਊਗਾ ਜੀ ਭਾਦੋਂ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਪਾਠਸ਼ਾਲਾ ਸ਼ਬਦ ਵਿੱਚ ਪਿਛੇਤਰ ਕੀ ਹੈ? ਆਪਸ਼ਨ ਏ ਸ਼ਾਲਾ, ਬੀ ਲਾ, ਸੀ ਸਾਲਾ, ਜਾਂ ਫਿਰ ਡੀ ਆਲਾ। ਹਾਂਜੀ ਗੈਸ ਕਰੋ ਕਿ ਇਸਦਾ ਸਹੀ ਆਂਸਰ ਕੀ ਹੋ ਸਕਦਾ ਹੈ। ਹਾਂਜੀ ਬਿਲਕੁਲ, ਇਸਦਾ ਸਹੀ ਆਂਸਰ ਹੈਗਾ ਜੀ ਆਪਸ਼ਨ ਏ ਸ਼ਾਲਾ। ਪਾਠ ਸ਼ਾਲਾ ਦਾ ਪਿਛੇਤਰ ਕੀ ਆ? ਸ਼ਾਲਾ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਡੈਸ਼ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਸੋ ਇਹ ਮੈਂ ਪਹਿਲਾਂ ਵੀ ਤੁਹਾਨੂੰ ਉੱਪਰ ਦੱਸ ਚੁੱਕਿਆ ਹੈ ਕੁਐਸਚਨ। ਦੋਸਤੋ ਜਿਹੜਾ ਕੁਐਸਚਨ ਹੈ 20 ਜੁਲਾਈ ਦੇ ਸ਼ਿਫਟ ਦੇ ਵਿੱਚ ਪੁੱਛਿਆ ਗਿਆ ਸੀਗਾ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਡੈਸ਼ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਤਾਂ ਦੋਸਤੋ ਉਸਦੇ ਜਿਹੜਾ ਕਿ 20 ਜੁਲਾਈ ਦੇ ਸ਼ਿਫਟ ਦੇ ਵਿੱਚ ਇਹ ਜਿਹੜਾ ਸਵਾਲ ਇਸ ਤਰ੍ਹਾਂ ਪਾਇਆ ਗਿਆ ਸੀਗਾ ਕਿ ਗੁਰਪੁਰਬ ਦਿਵਸ ਕਿਸ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ? ਤਾਂ ਇਸਦਾ ਸਹੀ ਆਂਸਰ ਹੈਗਾ ਜੀ ਆਪਸ਼ਨ ਸੀ ਕੱਤਕ। ਗੁਰਪੁਰਬ ਦਿਵਸ ਕਿਸ ਮਹੀਨੇ ਨੂੰ ਮਨਾਇਆ ਜਾਂਦਾ? ਕੱਤਕ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਵਾ, ਅਤੇ ਇਹ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਵਾ ਗੁਰਪੁਰਬ ਦਾ ਦਿਵਸ। ਸੋ ਇਹ ਕਾਫੀ ਇੰਪੋਰਟੈਂਟ ਕੁਐਸਚਨ ਆ, ਧਿਆਨ ਦੇ ਵਿੱਚ ਰੱਖਿਓ ਕਿਉਂਕਿ ਕਾਫੀ ਸ਼ਿਫਟਾਂ ਦੇ ਵਿੱਚ ਇੱਦਾਂ ਦੇ ਸਵਾਲ ਪੁੱਛੇ ਜਾ ਰਹੇ ਨੇ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਗਲਤੀਆਂ ਦਾ ਇੱਕ ਵਚਨ ਕੀ ਹੈ? ਇੱਥੇ ਗਲਤੀਆਂ ਲਿਖਿਆ ਹੋਇਆ ਨਾ, ਤਾਂ ਆਪਾਂ ਇਹਦਾ ਇੱਕ ਵਚਨ ਲੱਭਣਾ ਵਾ। ਗਲਤੀਆਂ ਯਾਨੀ ਕਿ ਬਹੁਤ ਜ਼ਿਆਦੀਆਂ ਹੋ ਗਈਆਂ, ਜਿਹੜਾ ਇੱਕ ਵਚਨ ਹੈ ਇੱਕ ਗਲਤੀ ਹੋ ਗਈ। ਤਾਂ ਇਸਦਾ ਸਹੀ ਆਂਸਰ ਹੈਗਾ ਜੀ ਆਪਸ਼ਨ ਬੀ ਗਲਤੀ। ਇਹ ਸਹੀ ਬਣਦਾ ਹੈ ਕਿਉਂਕਿ ਆਪਸ਼ਨ ਏ ਗਲਤ, ਇਹ ਵੀ ਗਲਤ ਆ, ਸੀ ਗਲਤ, ਇਹ ਵੀ ਨਹੀਂ ਬਣਦਾ ਜੀ। ਡੀ ਗਲਤੀਆਂ ਤਾਂ ਪਹਿਲਾਂ ਦਿੱਤਾ ਹੋਇਆ ਜੀ, ਇਸਦਾ ਰਾਈਟ ਆਂਸਰ ਆਪਸ਼ਨ ਬੀ ਹੋਵੇਗਾ ਗਲਤੀ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਔਰਤ ਦਾ ਸਮਾਨਾਰਥਕ ਸ਼ਬਦ ਕੀ ਹੈ? ਆਪਸ਼ਨ ਏ ਹੁਸਨ, ਬੀ ਤ੍ਰਿਮਤ, ਸੀ ਪ੍ਰਤਿਗਿਆ, ਜਾਂ ਫਿਰ ਡੀ ਇਨਸਾਨ। ਹਾਂਜੀ ਗੈਸ ਕਰੋ ਕਿ ਇਸਦਾ ਸਹੀ ਆਂਸਰ ਕੀ ਹੋ ਸਕਦਾ ਹੈ। ਸੋ ਦੋਸਤੋ ਇਹ ਪਿਛਲੇ ਸਾਲ ਸਬ ਇੰਸਪੈਕਟਰ ਦੀ ਭਰਤੀ ਦੇ ਵਿੱਚ ਇੱਦਾਂ ਦੇ ਸਵਾਲ ਪੁੱਛੇ ਗਏ ਸੀ। ਇਹਨਾਂ ਦੇ ਵਿੱਚੋਂ ਕਾਫੀ ਕੁਐਸਚਨ ਜਿਹੜਾ ਕਿ ਉਹਦੇ ਵਿੱਚ ਸਬ ਇੰਸਪੈਕਟਰ ਦੀ ਭਰਤੀ ਦੇ ਵਿੱਚ ਆਏ ਸੀ, ਅਤੇ ਕੁਝ ਇਹਦੇ ਵਿੱਚੋਂ ਮੈਂ ਸਵਾਲ ਜਿਹੜਾ ਕਿ ਹੋਰ ਸਰਚ ਕਰਕੇ ਐਡ ਕੀਤੇ ਹੋਏ ਨੇ। ਤਾਂ ਇਸਦਾ ਸਹੀ ਆਂਸਰ ਹੈਗਾ ਜੀ ਆਪਸ਼ਨ ਬੀ ਤ੍ਰਿਮਤ। ਔਰਤ ਦਾ ਸ਼ਬਦ ਦਾ ਸਮਾਨਾਰਥਕ ਸ਼ਬਦ ਵਾ ਤ੍ਰਿਮਤ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਸੋ ਇੱਥੇ ਆਪਾਂ ਖਾਣ ਪੂਰਾ ਕਰਨਾ ਜੀ। ਪ੍ਰਦੇਸ਼ ਗਏ ਪੁੱਤਰ ਦੀ ਉਡੀਕ ਵਿੱਚ ਮਾਪਿਆਂ ਦੀਆਂ ਡੈਸ਼। ਸੋ ਇਹ ਆਪਾਂ ਅਖਾਣ ਪੂਰਾ ਕਰਨਾ ਹੈ। ਪ੍ਰਦੇਸ਼ ਗਏ ਪੁੱਤਰ ਦੀ ਉਡੀਕ ਵਿੱਚ ਮਾਪਿਆਂ ਦੀਆਂ ਡੈਸ਼ ਤੋਂ ਅੱਗੇ ਕੀ ਵਾਕ ਇਹਦੇ ਅੱਗੇ ਆਵੇਗਾ ਜੀ? ਆਪਸ਼ਨ ਏ ਮਨ ਦੀ, ਮਨ ਵਿੱਚ ਰਹਿਣੀ, ਅਕਲ 'ਤੇ ਪਰਦਾ ਪੈਣਾ, ਜਾਂ ਫਿਰ ਦਿਨ ਰਾਤ ਇੱਕ ਕਰਨਾ, ਜਾਂ ਫਿਰ ਅੱਖਾਂ ਪੱਕ ਜਾਣੀਆਂ। ਸੋ ਆਪਸ਼ਨ ਡੀ ਇਸਦਾ ਰਾਈਟ ਆਂਸਰ ਹੋਵੇਗਾ ਜੀ। ਪ੍ਰਦੇਸ਼ ਗਏ ਪੁੱਤਰ ਦੀ ਉਡੀਕ ਵਿੱਚ ਮਾਪਿਆਂ ਦੀਆਂ ਅੱਖਾਂ ਪੱਕ ਜਾਣੀਆਂ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਮੁੰਡੇ ਨੇ ਭੰਗੜਾ ਪਾ ਕੇ ਰੰਗ ਬੰਨ ਦਿੱਤਾ, ਵਾਕ ਵਿੱਚ ਵਚਨ ਬਦਲੋ। ਸੋ ਇੱਥੇ ਆਪਾਂ ਵਚਨ ਬਦਲਣਾ ਵਾ। ਇੱਥੇ ਮੁੰਡੇ ਦੀ ਗੱਲ ਹੋਈ, ਆਪਾਂ ਮੁੰਡਿਆਂ ਬਾਰੇ ਗੱਲ ਕਰਨੀ ਆ। ਸੋ ਆਪਸ਼ਨ ਏ ਜਿਹੜਾ ਇਸਦਾ ਇਹ ਜਿਹੜਾ ਗਲਤ ਆਂਸਰ ਆ ਜੀ, ਕਿਉਂਕਿ ਇੱਥੇ ਕੋਈ ਸੈਂਟੈਂਸ ਬਣਦਾ ਨਹੀਂ ਪਿਆ, ਮੁੰਡਾ ਨੇ ਭੰਗੜਾ ਪਾ ਕੇ ਰੰਗ ਬੰਨ ਗਿਆ। ਸੋ ਇਹ ਗਲਤ ਆ। ਆਪਸ਼ਨ ਬੀ ਜਿਹੜਾ, ਇੱਥੇ ਵੀ ਇੱਕ ਜਣੇ ਦੀ ਗੱਲ ਹੋਈ ਆ, ਹੈ ਨਾ, ਮੁੰਡੇ ਦੀ ਗੱਲ ਹੋਈ ਆ। ਆਪਸ਼ਨ ਸੀ ਇੱਥੇ ਲਿਖਿਆ ਮੁੰਡਿਆਂ। ਸੋ ਇਹ ਜਿਹੜਾ ਵਾਕ ਆਪਾਂ ਚੰਗੀ ਤਰ੍ਹਾਂ ਪੜ੍ਹਾਂਗੇ, ਮੁੰਡਿਆਂ ਨੇ ਭੰਗੜਾ ਪਾ ਕੇ ਰੰਗ ਬੰਨ ਦਿੱਤਾ। ਸੋ ਇਹ ਵੀ ਗਲਤ ਵਾ ਜੀ, ਕਿਉਂਕਿ ਇੱਥੇ ਰੰਗ ਲਿਖਿਆ ਹੋਇਆ ਹੈ, ਇਹਦੇ ਰੰਗ ਦੇ ਉੱਪਰ ਟਿੱਪੀ ਪੈਣੀ, ਫਿਰ ਰੰਗ ਬੰਨਣਾ ਸੀਗਾ। ਆਪਸ਼ਨ ਡੀ ਇਸਦਾ ਬਿਲਕੁਲ ਸਹੀ ਆਂਸਰ ਆ ਜੀ, ਮੁੰਡਿਆਂ ਨੇ ਭੰਗੜਾ ਪਾ ਕੇ ਰੰਗ ਬੰਨ ਦਿੱਤਾ। ਸੋ ਇਹ ਪੂਰਾ ਸਹੀ ਅਤੇ ਸ਼ੁੱਧ ਵਾਕ ਵਾ ਜੀ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਤੀਵੀਆਂ ਦੇ ਇਸ਼ਨਾਨ ਲਈ ਬਣਾਈ ਗਈ ਨਿਵੇਕਲੀ ਥਾਂ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਏ ਬੇਟ, ਬੀ ਬੋਲਾ, ਸੀ ਪੌਣਾ, ਡੀ ਢਾਹਾ। ਹਾਂਜੀ ਗੈਸ ਕਰੋ ਕਿ ਇਸਦਾ ਸਹੀ ਆਂਸਰ ਕੀ ਹੋ ਸਕਦਾ ਹੈ।
ਇਸ ਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਸੀ ਪਾਉਣਾ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਵਸਲ ਜੋੜ ਮੇਲ ਇਹਨਾਂ ਸ਼ਬਦਾਂ ਦਾ ਕਿਸ ਨਾਲ ਸੰਬੰਧ ਹੈ? ਹਾਂਜੀ ਗੈਸ ਕਰੋ ਇਸਦਾ ਸਹੀ ਆਨਸਰ ਕੀ ਹੋ ਸਕਦਾ ਹੈ। ਆਪਸ਼ਨ ਏ ਮਿਲਾਪ, ਬੀ ਜੰਗ, ਸੀ ਵਿਯੋਗ, ਡੀ ਹਿਜ਼ਰ। ਹਾਂਜੀ ਗੈਸ ਕਰੋਗੇ ਸਹੀ ਆਨਸਰ ਕੀ ਹੈ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਏ ਮਿਲਾਪ। ਵਸਲ ਜੋੜ ਮੇਲ ਇਹਨਾਂ ਸ਼ਬਦਾਂ ਦਾ ਸੰਬੰਧ ਹੈਗਾ ਜੀ ਮਿਲਾਪ ਨਾਲ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਇਹਦੇ ਵਿੱਚ ਮੈਂ ਸ਼ੁੱਧ ਸ਼ਬਦ ਚੁਣਨਾ ਹੈ ਜੀ। ਆਪਸ਼ਨ ਏ ਸਿਹਰਾ, ਬੀ ਸਹਿਰਾ, ਸੀ ਸਹਿਰਾ, ਡੀ ਸ਼ੇਰਾ। ਤਾਂ ਇਸਦਾ ਆਪਸ਼ਨ ਏ ਰਾਈਟ ਆਨਸਰ ਵਾ ਜੀ, ਸਿਹਰਾ। ਇਹ ਬਿਲਕੁਲ ਸ਼ੁੱਧ ਰੂਪ ਵਿੱਚ ਲਿਖਿਆ ਹੋਇਆ ਹੈ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਮੌਤ ਤੋਂ ਪੂਰੇ ਸਾਲ ਬਾਅਦ ਉਹੀ ਤਰੀਕ ਨੂੰ ਕੀ ਕਹਿੰਦੇ ਹਨ? ਆਪਸ਼ਨ ਏ ਵਰੀਨਾ, ਬੀ ਸ਼ਤਾਬਦੀ, ਸੀ ਦਿਹਾੜਾ ਜਾਂ ਫਿਰ ਡੀ ਦਹਾਕਾ। ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਏ ਵਰੀਨਾ। ਮੌਤ ਤੋਂ ਪੂਰੇ ਸਾਲ ਬਾਅਦ ਉਹੀ ਤਰੀਕ ਨੂੰ ਕੀ ਕਹਿੰਦੇ ਆ? ਵਰੀਨਾ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਕਿਹੜੇ ਸ਼ਬਦ ਅਸ਼ੁੱਧ ਨਹੀਂ ਹੈ? ਸੋ ਦੋਸਤੋ ਇੱਥੇ ਇਹਨਾਂ ਨੇ ਅਸ਼ੁੱਧ ਸ਼ਬਦ ਨਹੀਂ ਹੈ ਪੁੱਛਿਆ, ਯਾਨੀ ਕਿ ਸ਼ੁੱਧ ਸ਼ਬਦ ਪੁੱਛਿਆ ਹੈ ਜਿਹੜਾ ਕਿ ਇਹਨਾਂ ਵਿੱਚੋਂ ਅਸ਼ੁੱਧ ਨਹੀਂ ਆ, ਸ਼ੁੱਧ ਸ਼ਬਦ ਦੀ ਇਹਨਾਂ ਨੇ ਪੁੱਛਿਆ ਵਾ। ਅਤੇ ਸੋ ਇਹਨਾਂ ਦੇ ਵਿੱਚੋਂ ਸ਼ੁੱਧ ਸ਼ਬਦ ਜਿਹੜਾ ਹੈਗਾ ਵਾ ਆਪਸ਼ਨ ਏ ਇਸਦਾ ਰਾਈਟ ਆਨਸਰ ਆ ਵਿਆਕਰਨ, ਕਿਉਂਕਿ ਬੀ ਜਿਹੜਾ ਸ਼ਬਦ ਆ ਵਿਆਕਰਨ ਇਹ ਵੀ ਸਹੀ ਨਹੀਂ ਪਿਆ, ਇਹ ਗਲਤ ਹੈ, ਇਹ ਵੀ ਅਸ਼ੁੱਧ ਵਾ। ਵਿਆਕਰਨ ਇਹ ਵੀ ਗਲਤ ਆ ਜੀ, ਅਸ਼ੁੱਧ ਸ਼ਬਦ ਆ ਵੀ, ਵਿਆਕਰਨ ਇਹ ਵੀ ਗਲਤ ਆ ਜੀ। ਆਪਸ਼ਨ ਏ ਇਸਦਾ ਬਿਲਕੁਲ ਰਾਈਟ ਆਨਸਰ ਹੈ, ਕਿਉਂਕਿ ਇਹ ਸ਼ੁੱਧ ਸ਼ਬਦ ਇਹਨਾਂ ਵਿੱਚੋਂ ਇਹੀ ਇਕੱਲਾ ਵਾ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਇੱਕ ਕਰੇਲਾ ਅਖਾਣ ਪੂਰਾ ਕਰੋ, ਇੱਕ ਕਰੇਲਾ, ਤਾਂ ਇਸਦਾ ਕੀ ਸਹੀ ਆਨਸਰ ਹੋਵੇਗਾ ਜੀ? ਇੱਕ ਕਰੇਲਾ ਦੂਜਾ ਕੱਦੂ, ਇੱਕ ਕਰੇਲਾ ਇੱਕ ਆਲੂ, ਇੱਕ ਕਰੇਲਾ ਦੂਜਾ ਕੇਲਾ, ਜਾਂ ਇੱਕ ਕਰੇਲਾ ਦੂਜਾ ਨਿੰਮ ਚੜਿਆ। ਹਾਂਜੀ ਗੈਸ ਕਰੋ ਕਿ ਇਸਦਾ ਸਹੀ ਆਨਸਰ ਕੀ ਹੋ ਸਕਦਾ ਹੈ? ਇਸਦਾ ਸਹੀ ਆਨਸਰ ਆ ਜੀ ਆਪਸ਼ਨ ਡੀ, ਇੱਕ ਕਰੇਲਾ, ਕਿਉਂਕਿ ਕਰੇਲਾ ਵੀ ਕੌੜਾ ਹੁੰਦਾ ਵਾ ਅਤੇ ਦੂਜਾ ਨਿੰਮ ਵੀ ਕੌੜਾ ਹੀ ਹੁੰਦੀ ਆ, ਤਾਂ ਇੱਥੇ ਇਹਨਾਂ ਨੇ ਕਿਹਾ ਇੱਕ ਕਰੇਲਾ ਦੂਜਾ ਨਿੰਮ ਚੜਿਆ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਸੜੀਅਲ ਦਾ ਵਿਰੋਧੀ ਸ਼ਬਦ ਚੁਣੋ। ਸੜੀਅਲ ਦਾ ਵਿਰੋਧੀ ਸ਼ਬਦ ਦੋਸਤੋ ਕੀ ਹੋ ਸਕਦਾ ਹੈ? ਆਪਸ਼ਨ ਏ ਤਾਂ ਹੈਗਾ ਬੇਈਮਾਨ। ਸੜੀਅਲ ਦਾ ਵਿਰੋਧੀ ਸ਼ਬਦ ਬੇਈਮਾਨ ਵੀ ਨਹੀਂ ਹੈਗਾ, ਅੜੀਅਲ ਵੀ ਨਹੀਂ ਹੈਗਾ, ਨਾ ਕੰਜੂਸ ਹੈਗਾ ਵਾ। ਆਪਸ਼ਨ ਡੀ ਇਸ ਦਾ ਰਾਈਟ ਆਨਸਰ ਆ ਜੀ, ਸੜੀਅਲ ਦਾ ਵਿਰੋਧੀ ਸ਼ਬਦ ਹੋ ਗਿਆ ਹਸਮੁੱਖ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਹਾਂਜੀ ਇੱਥੇ ਹੈਗਾ ਜੀ ਗੁਣਵਾਚਕ ਵਿਸ਼ੇਸ਼ਣ ਚੁਣੋ। ਇਹਦੇ ਵਿੱਚ ਆਪਾਂ ਚੁਣਨਾ ਕਿ ਗੁਣਵਾਚਕ ਵਿਸ਼ੇਸ਼ਣ ਕਿਹੜੀ, ਇਹਦੇ ਵਿੱਚੋਂ ਮੈਨੂੰ ਪੈਸੇ ਹੋਰ ਚਾਹੀਦੇ ਹਨ ਇਹ ਵੀ ਨਹੀਂ ਹੈਗਾ ਜੀ, ਇਹ ਲੜਕਾ ਸੋਹਣਾ ਹੈ ਇਹ ਦੋਸਤੋ ਗੁਣਵਾਚਕ ਆ, ਕਿਉਂਕਿ ਇਹਦੇ ਵਿੱਚ ਗੁਣ ਦੱਸਿਆ ਗਿਆ ਵਾ, ਇਹ ਲੜਕਾ ਸੋਹਣਾ ਹੈ, ਸੋਹਣਾ ਗੁਣ ਵਿੱਚ ਦੇ ਵਿੱਚ ਦੱਸਿਆ ਗਿਆ ਵਾ। ਅਤੇ ਆਪਸ਼ਨ ਸੀ ਮੇਰੇ ਕੋਲ ਪੰਜ ਪੱਗਾਂ ਹਨ ਇਹ ਵੀ ਨਹੀਂ ਬਣਦਾ ਜੀ, ਡੀ ਉਹ ਖੇਡ ਰਿਹਾ ਇਹ ਵੀ ਨਹੀਂ ਬਣਦਾ। ਸੋ ਆਪਸ਼ਨ ਬੀ ਜਿਹੜਾ ਇਸਦਾ ਬਿਲਕੁਲ ਰਾਈਟ ਆਨਸਰ ਆ, ਇਹ ਲੜਕਾ ਸੋਹਣਾ ਹੈ, ਇਹ ਗੁਣਵਾਚਕ ਵਿਸ਼ੇਸ਼ਣ ਆ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਕਿਹੜਾ ਆਧੁਨਿਕ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ? ਹਾਂਜੀ ਦੋਸਤੋ ਗੈਸ ਕਰੋਗੇ ਇਹਦਾ ਸਹੀ ਆਨਸਰ ਕੀ ਹੋ ਸਕਦਾ ਹੈ? ਹੋਊਗਾ ਜੀ ਆਪਸ਼ਨ ਏ ਇਸਦਾ ਬਿਲਕੁਲ ਰਾਈਟ ਆਨਸਰ ਆ ਜੀ। ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ, ਮੈਨੂੰ ਉਮੀਦ ਹੈ ਕਿ ਵੀਡੀਓ ਕਾਫੀ ਤੁਹਾਡੇ ਲਈ ਹੈਲਪਫੁੱਲ ਹੋਵੇਗੀ। ਦੋਸਤੋ ਪੇਪਰ ਦੇ ਵਿੱਚ ਇਦਾਂ ਦੇ ਬਿਲਕੁਲ ਆਸਾਨ ਸਵਾਲ ਪੁੱਛੇ ਜਾਂਦੇ ਆ, ਪਰ ਕੀ ਹੁੰਦਾ ਕਿ ਆਪਾਂ ਇਹਦੀ ਤਿਆਰੀ ਨਹੀਂ ਕੀਤੀ ਹੁੰਦੀ, ਕਿਉਂਕਿ ਆਪਾਂ ਨੇ ਸੋਚਿਆ ਵੀ ਨਹੀਂ ਹੁੰਦਾ ਕਿ ਐਡਾ ਆਸਾਨ ਸਵਾਲ ਵੀ ਪੇਪਰ ਦੇ ਵਿੱਚ ਪੁੱਛੇ ਜਾਣਗੇ। ਸੋ ਦੋਸਤੋ ਇਹਨਾਂ ਦੇ ਵਿੱਚੋਂ ਕਾਫੀ ਜਿਹੜਾ ਕਿ ਸਵਾਲ ਸਬ ਇੰਸਪੈਕਟਰ ਦੀ ਭਰਤੀ ਦੇ ਵਿੱਚ ਪੁੱਛੇ ਗਏ ਸੀ, ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਡਿਗਰੀ ਬੇਸ 'ਤੇ ਭਰਤੀ ਹੁੰਦੀ ਆ ਸਬ ਇੰਸਪੈਕਟਰ ਦੀ। ਉਹਨਾਂ ਦੇ ਵਿੱਚ ਜੇਕਰ ਇੰਨੇ ਆਸਾਨ ਸਵਾਲ ਪਾ ਸਕਦੇ ਹਾਂ ਤਾਂ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ ਵੀ ਆਸਾਨ ਹੀ ਆਉਂਦੇ ਨੇ। ਸੋ ਦੋਸਤੋ ਇਹ ਪਰ ਜਿਹੜਾ ਕੀ ਹੈ ਕਿ ਆਪਾਂ ਇਹਨਾਂ ਦੀ ਤਿਆਰੀ ਨਹੀਂ ਕੀਤੀ ਹੁੰਦੀ, ਸੋ ਇਹ ਵੀਡੀਓ ਕਾਫੀ ਇੰਪੋਰਟੈਂਟ ਵਾ।
ਹਰ ਇੱਕ ਇਗਜ਼ਾਮ ਦੇ ਵਿੱਚ ਇੱਦਾਂ ਦੇ ਸਵਾਲ ਜਿਹੜਾ ਕਿ ਪਾਏ ਜਾਂਦੇ ਆ। ਸੋ ਜੇਕਰ ਦੋਸਤੋ ਤੁਸੀਂ ਆਫਲਾਈਨ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ PDF ਵੀ ਮਿਲ ਜਾਣਗੇ ਨੇ। PDF ਆਪਣੇ ਕੋਲ ਬਹੁਤ ਹੈਗੇ ਆ ਜੀ, ਪੰਜਾਬੀ ਦੇ ਵੀ, ਪੰਜਾਬ GK ਦੇ, ਕੰਪਿਊਟਰ ਦੇ, ਸੰਵਿਧਾਨ ਦੇ, ਜੋ ਵੀ ਆਪਣੇ ਕੋਲ ਸਾਰਾ ਜਿਹੜਾ ਕਿ PDF ਹੈਗੇ ਆ। PDF ਲੈਣ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ, ਇਸ 'ਤੇ ਤੁਸੀਂ PDF ਲੈ ਕੇ ਮੈਸੇਜ ਕਰ ਦੇਣਾ ਵਾ ਤਾਂ PDF ਤੁਹਾਨੂੰ ਜਿਹੜਾ ਕਿ ਮਿਲ ਜਾਣਗੇ। ਦੋਸਤੋ 100 ਰੁਪਏ ਦੇ 5 PDF ਤੁਹਾਨੂੰ ਜਿਹੜਾ ਕਿ ਮਿਲ ਜਾਣਗੇ। ਸੋ ਜਿਨ੍ਹਾਂ ਨੇ ਵੀ PDF ਲੈਣੇ ਹੋਏ 100 ਰੁਪਏ ਦੇ 5 ਮਿਲਣੇ ਆ, ਅਤੇ ਜਿਨ੍ਹਾਂ ਨੇ ਲੈਣੇ ਹੋਏ ਉਹੀ ਜਿਹੜਾ ਕਿ ਮੈਸੇਜ ਕਰਨਾ। ਬਾਕੀ ਵੀਰ ਜਿਹੜਾ ਕਿ ਵੀਡੀਓ ਵੇਖ ਕੇ ਆਪਣੀ ਤਿਆਰੀ ਕਰ ਸਕਦੇ ਆ। ਸੋ ਉਮੀਦ ਹੈ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਜੇਕਰ ਚੈਨਲ 'ਤੇ ਪਹਿਲੀ ਵਾਰ ਆਏ ਹੋ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਦਿੱਤੇ ਬੈਲ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਲਿਓ, ਤੁਹਾਨੂੰ ਸਾਡੀ ਆਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ।